ਅ 2007 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀਐਮ ਸਾਹਿਬ ਬਣੇ ਸੀ ਤੇ ਅ ਉਦੋਂ ਸੁਖਪਾਲ ਸਿੰਘ ਖਹਿਰਾ ਐਮਐਲਏ ਬਣ ਕੇ ਆਏ ਤੇ ਬਾਦਲ ਸਾਹਿਬ ਦਾ ਪੇਸ਼ੈਂਸ ਬਹੁਤ ਮੈਂ ਤੇ ਅੱਜ ਵੀ ਕਹਿੰਦਾ ਕਿ ਅੱਜ ਦੇ 117 ਐਮਐਲਏ ਨਾ ਅ ਅਗਰ ਪ੍ਰਕਾਸ਼ ਸਿੰਘ ਬਾਦਲ ਨੂੰ ਸਵੇਰੇ ਸ਼ਾਮ 10 ਮਿੰਟ ਉਹਨਾਂ ਦਾ ਧਿਆਨ ਰੱਖ ਕੇ ਹੀ ਅ ਤੇ ਤੁਹਾਡੇ ਚ ਇੰਨੀ ਸ਼ੈਣ ਸ਼ੀਲਤਾ ਸ਼ੈਣ ਸ਼ਕਤੀ ਠਰਾ ਆ ਜਾਏਗਾ ਤੇ ਤੁਸੀਂ ਕਾਮਯਾਬ ਹੋ ਜਾਓਗੇ ਹੁਣ ਤੇ ਮਾੜਾ ਜੇ ਤੁਸੀਂ মিডিਆ ਕੋਈ ਚੁੰਡੀ ਵੜਦੇ ਤੇ ਦਰਦਾਂ ਹੋਣੀਆਂ ਸ਼ੁਰੂ ਹੋ ਲੱਪਣੀਆਂ ਪੋਲਿਟੀਸ਼ੀਨਰ ਜੋ ਸਰਕਾਰਾਂ ਨੂੰ ਹੁਣ ਤੇ মিডিਆ ਦੀ ਨੁਕਤਾ ਚ ਇੰਨੀ ਨਹੀਂ ਚੱਲਦੇ ਹੈਗੇ ਹੁਣ ਤੇ ਬਾਦਲ ਸਾਹਿਬ ਦੀ ਖਾਸੀਅਤ ਜੇ ਸੁਖਪਾਲ ਸਿੰਘ ਖਹਿਰਾ ਨਾ ਬਾਦਲ ਸਾਹਿਬ ਜਦੋਂ ਭਾਸ਼ਣ ਦੇ ਰਹੇ ਸੀ ਤੇ ਜਾਂ ਕੋਈ ਮਨਿਸਟਰ ਤੇ ਵਾਰ-ਵਾਰ ਸੁਪਾਲ ਸਿੰਘ ਕਹਿ ਰਹੇ ਨਾ ਉਠ ਖਲੋਂਦੇ ਸੀ ਵਾਰ-ਵਾਰ ਸਪੀਕਰ ਨੂੰ ਕਹਿ ਦਿੰਦੇ ਕਿ ਸਪੀਕਰ ਸਾਹਿਬ ਸਪੀਕਰ ਸਾਹਿਬ ਸਪੀਕਰ ਸਾਹਿਬ ਤੇ ਉਦੋਂ ਸਪੀਕਰ ਹੁੰਦੇ ਸੀ ਨਿਰਮਲ ਸਿੰਘ ਕਾਲੋਂ ਸਾਹਿਬ ਤੇ ਬਾਦਲ ਸਾਹਿਬ ਕਿਉਂਕਿ ਬੜੇ ਇੱਕ ਤਾਂ ਉਹਨਾਂ ਦੀ ਖਾਸੀਅਤ ਆ ਕਿ ਇੱਕ ਇਹ ਬਾਦਲ ਸਾਹਿਬ ਤੇ ਇੱਕ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਵੀ ਬੜਾ ਅਦਬ ਦੇ ਨਾਲ ਰਿਸਪੈਕਟ ਦੇ ਨਾਲ ਬੁਲਾਉਂਦੇ ਨੇ ਬਾਦਲ ਸਾਹਿਬ ਤੇ ਕਾਕਾ ਜੀ ਸਰਦਾਰ ਜੀ ਨਾ ਤੇ ਕੈਪਟਨ ਮਿਰਿੰਦਰ ਸਿੰਘ ਉਹ ਕਿਸ ਹਾਰਕ ਜਦੋਂ ਵੀ ਕਿਸੇ ਬੋਲਦੇ ਉਹ ਕਿਸੇ ਦਾ ਪਹਿਲਾ ਨਾਮ ਮੰਨ ਲਓ ਜੇ ਮੇਰੇ ਨਾਲ ਗੱਲ ਕੀਤੀ ਤੁਹਾਡੇ ਕਹਨੇ ਤੁਹਾਨੂੰ ਮਿਸਟਰ ਸੰਦੀਪ ਜਾਂ ਜਗਤਾਰ ਸਿੰਘ ਕਹਿਣਗੇ ਨਾ ਜੀ ਇਹ ਪ੍ਰਾਣੇ ਲੀਡਰ ਦੀ ਖਾਸियत ਸੀ ਹੁਣ ਵਾਲਾ ਇਹ ਹੈ ਨਹੀਂ ਦੇਖਣ ਨੂੰ ਮਿਲ ਰਿਹਾਗਾ ਪਰ ਉਹ ਸੁਖਪਾਲ ਸਿੰਘ ਕਹਿ ਰਿਹਾ ਵਾਰ-ਵਾਰ ਬਾਲਤ ਸਾਹਿਬ ਨੂੰ ਡਿਸਟਰਬ ਕਰ ਰਹੇ ਸੀ ਤੇ ਬਾਲਤ ਸਾਹਿਬ ਬੋਲਦੇ ਤੇ ਘੱਟ ਹੁੰਦੇ ਨੇ ਪਰ ਜਦੋਂ ਬੋਲਦੇ ਨੇ ਏਡੀ ਚੁੰਡੀ ਭਰਦੇ ਹੈਗੇ ਨਾ ਫਿਰ ਬੰਦਾ ਤੜਫਦਾ ਹੈਗਾ ਤੇ ਸਪੀਕਰ ਸਾਹਿਬ ਕੱਲੋ ਸੀ ਤੇ ਬਾਲ ਸਾਹਿਬ ਖੜੇ ਹੋਗੇ ਜੀ ਉਹਨਾਂ ਦਾ ਸਟਾਈਲ ਆ ਕਹਿੰਦੇ ਸਪੀਕਰ ਸਾਹਿਬ ਕਿ ਪਤਾ ਨਹੀਂ ਤੁਹਾਡੇ ਮਾਜੇ ਦੇ ਵਿੱਚ ਉਸ ਪੰਛੀ ਨੂੰ ਕੀ ਕਹਿੰਦੇ ਨੇ ਪਰ ਸਾਡੇ ਇਲਾਕੇ ਜੋ ਪੰਛੀ ਹੈਗਾ ਟਟਿਰੀ ਤੇ ਜਦੋਂ ਨੂੰ ਉਹ ਰਾਤ ਨੂੰ ਸੌਂਦਾ ਟਟਿਰੀ ਜਾਨਵਰ ਤੇ ਉਹ ਰਾਤ ਨੂੰ ਨਾ ਲੱਤਾਂ ਚੁੱਕ ਕੇ ਤਾਂ ਨੂੰ ਸੌਂਦਾ ਹੈਗਾ ਕਿ ਮੈਂ ਨਾ ਕਿਤੇ ਆਸਮਾਨਾ ਮੇਰੀਆਂ ਲੱਤਾਂ ਤੇ ਹੀ ਟਿਕਿਆ ਹੋਇਆ ਤੇ ਇਹੋ ਹਾਲ ਹੈ ਕਾਕਾ ਜੀ ਦਾ ਕਿ ਇਹਨੂੰ ਲੱਗਦਾ ਹੈ ਕਿ ਵਿਧਾਨ ਸਭਾ ਜਾਂ ਸਰਕਾਰ ਜਾਂ ਪੰਜਾਬ ਮੇਰੇ ਹਿਸਾਬ ਦੇ ਨਾਲ ਚੱਲ ਰਹੀ ਹੈਗਾ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਜਿੰਨੇ ਐਮ ਐਲ ਏ ਬਣੇ ਉਹ ਟਟਿਰੀ ਟਟਿਰੀ ਕਰਨ ਲੱਗ ਪਏ ਮਤਲਬ ਸੁਪਾਲ ਸਿੰਘ ਖੈਰਾ ਨੂੰ ਚੜਾਉਣ ਲੱਗ ਪਏ ਨਾ ਛੇੜ ਲੱਗ ਪਏ ਹੁਣ ਸਵਾਲ ਹੈ ਕਿ ਇਹ ਇਹ ਜਿਹੜਾ ਉਹਨਾਂ ਨੇ ਉਦਾਹਰਨ ਜੀ ਪੇਸ਼ ਕੀਤੀ ਹੈਗੀ ਨਾ ਕਿ ਤੁਸੀਂ ਵਾਰ-ਵਾਰ ਡਿਸਟਰਬ ਕਰਦੇ ਉਹਨਾਂ ਤੇ ਉਹ ਉਹਦੇ ਚ ਉਹਦਾ ਡੇਫਾਰਮੇਸ਼ਨ ਨਹੀਂ ਤੇ ਇੱਕ ਲੈਜਾ ਵੀ ਇੱਕ ਸਟਾਈਲ ਵੀ ਕਰ ਦਿੱਤਾ ਹੈਗਾ ਨਾ ਤੇ ਦੂਜਾ ਸਵਾਲ ਇਹ ਹੁਣ ਇਹ ਵਾਲਾ ਆ ਗਿਆ ਹੁਣ ਜਿੰਨੇ ਵੀ ਪੋਲੀਟੀਸ਼ੀਅਨ ਮੈਂ ਦੇਖਦਾ ਕਿ ਬਹੁਤ ਜ਼ਿਆਦਾ ਏਜੀ ਹੀ ਸ਼ਬਦਾਬਲੀ ਦਾ ਇਸਤੇਮਾਲ ਕਰਦੇ ਨੇ ਕੋਈ ਕਿ ਅੱਜ ਕੱਲੋ ਟੀਆਰਪੀ ਦਾ ਜ਼ਮਾਨਾ ਆ ਗਿਆ ਮੀਡੀਆ ਨੂੰ ਤਾਂ ਟੀਆਰਪੀ ਚਾਹੀਦੀ ਆ ਲੀਡਰਾਂ ਨੂੰ ਇਸ ਤੋਂ ਵੱਧ ਟੀਆਰਪੀ ਚਾਹੀਦੀ ਆ ਸਾਰੀਆਂ ਪਾਰਟੀਆਂ ਦੇ ਵਿੱਚ ਮੈਂ ਲੀਡਰ ਦੇਖ ਲਏ ਨੇੜੇ ਉਹ ਤੱਕ ਲਏ ਹੈਗੇ ਜਿਨ੍ਹਾਂ ਨੇ ਏਟੀਆਰਪੀ ਦੇ ਭੁੱਖੇ ਆ ਗਏ ਉਹਨੇ ਮੀਡੀਆ ਵੀ ਨਹੀਂ ਭੁੱਖਾ ਮੀਡੀਆ ਨੂੰ ਤਾਂ ਟੀਆਰਪੀ ਚਾਹੀਦੀ ਆ ਕਿ ਸੈਟੇਲਾਈਟ ਚੈਨਲ ਨੂੰ ਚਾਹੀਦਾ ਕਿ ਸਾਡੀ ਟੀਆਰਪੀ ਚੰਗੀ ਹੋਊਗੀ ਤੇ ਅਸੀਂ 1 ਨੰਬਰ 2 ਨੰਬਰ 3 ਨੰਬਰ ਤੇ ਆ ਜਾਗੇ ਸਾਨੂੰ ਐਡ ਹੋ ਸਾਬ ਨਾ ਮਿਲੂਗੇ ਤੇ سوشل میڈیا ਆਈਡੈਂਟੀਟੀ ਕੀ ਆ ਵਿਊਜ਼ ਜਿੰਨੇ ਚੰਗੇ ਚੱਲਣਗੇ ਉਹਦੇ ਨਾਲ ਫਿਰ ਵੌਸਟੇਮ ਆਜੂਗਾ ਤੇ ਫੇਸਬੁੱਕ YouTube ਚੰਗੇ ਪੈਸੇ ਦੇਣਗੇ ਤੇ ਲੀਡਰਾਂ ਨੂੰ ਕਹਦੀ ਟੀਆਰਪੀ মিডিਆ ਨਾਲ ਉਹ ਜਿੰਨੇ ਇਸ ਟਾਈਮ ਪੰਜਾਬ ਦੇ ਲੀਡਰ ਟੀਆਰਪੀ ਦੇ ਭੁੱਖੇ ਆ ਗਏ ਨੇ ਇਹਦਾ ਮਤਲਬ ਆ ਕਿ ਛੋਟੀ ਸੋਚ ਦੇ ਘੋੜੇ ਆ ਗਏ ਨੇ ਹੁਣ ਸਵਾਲ ਇਹ ਇਸ ਮਸਲੇ ਦੇ ਵਿੱਚ ਆ ਗਿਆ ਕਿ ਜਿਹੜੇ ਸੁਭੀ ਸਿੰਘ ਬਾਦਲ ਹੋਣਾ ਨੇ ਡੈਫੇਮੇਸ਼ਨ 10 ਦਿਨ ਪੂਰੇ ਹੋ ਗਏ ਨੇ ਕੀ ਇਹ ਧਮਕੀ ਸੀ ਜਾਂ ਉਹ ਉਹ ਸੀ ਕੀ ਕਹਿੰਦੇ ਨਾ ਬੰਦੇ ਨੂੰ ਵੰਗਾਰਨਾ ਜਾਂ ਛੰਡੀ ਗੜ ਦੇਣੀ ਹੈਗੀ ਇਹ ਸਵਾਲ ਹੋਣਾ ਕਿ ਕੀ ਦੱਸ ਦੇ ਤੇ ਭਾਈ ਤੁਹਾਡੇ ਹੋ ਗਏ ਨੇ ਹੁਣ ਕੀ ਤੁਹਾਡੇ ਕੋਲ ਵਕੀਲਾਂ ਦੀ ਤੇ ਕੋਈ ਕਮੀ ਨਹੀਂ ਹੈ ਵਕੀਲ ਤੁਹਾਡੇ ਕੋਲ ਵਾਧੂ ਆ ਤੁਹਾਡਾ ਇੱਕ ਲੀਗਲ ਸੈਲ ਆ ਤੇ ਭਗਵੰਤ ਮਾਨ ਸਾਹਿਬ ਦੇ ਸਰਕਾਰੀ ਐਡਰੈਸ ਤੇ ਕਦੋਂ ਲੀਗਲ ਨੋਟਿਸ ਜਾਂਦਾ ਉਹ 15 ਦਿਨ ਦਾ ਜਵਾਬ ਭਗਵੰਤ ਮਾਨ ਸਾਹਿਬ ਭੇਜਦੇ ਕਿ ਨਹੀਂ ਭੇਜਦੇ ਤੇ ਉਸ ਤੋਂ ਬਾਅਦ ਕੋਰਟ ਤੇ ਨਿਰਭਰ ਕਰਦਾ ਕਿ ਜਿਹੜਾ ਕੁਝ ਇਹਨਾਂ ਨੂੰ ਦੇ ਖਿਲਾਫ ਬੋਲਿਆ ਇਹਨਾਂ ਦੇ ਖਿਲਾਫ ਕੀ ਬੋਲਿਆ ਕਿ ਜੀ ਇਹਨਾਂ ਨੇ ਬਾਲਾਸਰ ਨਹਿਰ ਇਹਨਾਂ ਨੇ ਕੱਢੀ ਜੀ ਕਢਵਾਈ ਆ ਜੀ ਇਹਨਾਂ ਨੇ ਉੱਥੇ ਲਿਆ ਜੀ ਹੋਟਲ ਆ ਆਰਬਿਟ ਜਿਹੜਾ ਗੁਰਗਾਉਂ ਦੇ ਵਿੱਚ ਉਹ ਡੈਫਰਮੇਸ਼ਨ ਬਣਦਾ ਹੈਗਾ ਤੇ ਉਹ ਉਸ ਸਵਾਲ ਦੇ ਵਿੱਚ ਹੈ ਲੇਕਿਨ ਪੰਜਾਬ ਦੇ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਵੀ ਕਿਸੇ ਨੇ ਡੈਫਰਮੇਸ਼ਨ ਭੇਜਿਆ ਕਿਉਂਕਿ ਦੇਖੋ ਬੰਟੀ ਰਮਾਣਾ ਹੈ ਬੰਡੀ ਰਮਾਣਾ ਨੇ 4 ਕਿ 5 ਸਾਲ ਪੁਰਾਣੀ ਇੱਕ ਵੀਡੀਓ ਸ਼ੇਅਰ ਕੀਤੀ ਤੇ ਅੱਧੀ ਰਾਤ ਮਹਾਲੀ ਦੇ ਪੁਲਿਸ ਨੂੰ ਝੋਕ ਕੇ ਲੈ ਗਈ ਨਾ ਕਿ ਸੀਐਮ ਸਾਹਿਬ ਦੀ ਪਰਸਨੈਲਿਟੀ ਤੇ ਪ੍ਰਭਾਵ ਪਿਆ ਠੀਕ ਹੈ ਜੀ ਹੁਣ ਚਾਹੇ ਕੋਈ ਪਿੰਡ ਦਾ ਚੌਂਕੀਦਾਰ ਚਾਹੇ ਕੋਈ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸੀਐਮ ਸਾਹਿਬ ਹੋਵੇ ਹਰ ਇੱਕ ਦੀ ਤੇ ਇੱਜ਼ਤ ਹੈ ਨਾ ਇਹ ਤੇ ਹੈ ਨਹੀਂ ਕਿ ਤੁਹਾਡੀ ਇੱਜ਼ਤ ਤੁਹਾਡੀ ਹੈ ਤੇ ਬਾਕੀਆਂ ਦੀ ਇੱਜ਼ਤ ਨਹੀਂ ਆਗੀ